ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਸਿਹਤ ਵਿਭਾਗ ਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ ਤੁਹਾਡੀ ਕੋਈ ਫੀਸ ਨਹੀਂ ਹੋਵੇਗੀ ਕਿਹੜੀਆਂ-ਕਿਹੜੀਆਂ ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਇਸ ਦੇ ਵਿੱਚ ਵੱਖ-ਵੱਖ ਪੋਸਟਾਂ ਜਿਹੜੀਆਂ ਨੇ ਆਊਟ ਹੋਈਆਂ ਨੇ ਜੀ ਔਰ ਪੰਜਾਬ ਦੇ ਕੈਂਡੀਡੇਟ ਹੀ ਐਲੀਜੀਬਲ ਨੇ ਅਪਲਾਈ ਕਰ ਸਕਦੇ ਕੀ ਇਹਦੇ ਵਿੱਚ ਤੁਹਾਡੀ एलिजिਬਿਲਟੀ ਰਹਿਣ ਵਾਲੀ ਹੈ ਏਜ ਲਿਮਿਟ ਕੀ ਮੰਗੀ ਗਈ ਹੈ ਠੀਕ ਹੈ ਜੀ ਕੁਆਲਿਫਿਕੇਸ਼ਨ ਕੀ ਹੋਵੇਗੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਦਵਾਂਗਾ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਥਰੂ ਕਰਿਓ ਤਾਂਕਿ ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਅਪਡੇਟ ਜਿਹੜਾ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਤੁਸੀਂ ਉਹਨੂੰ ਚੈੱਕ ਕਰਕੇ ਅਪਲਾਈ ਕਰ ਪਾਓ ਬਾਕੀ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਜਿੰਨੀਆਂ ਵੀ ਵੈਕੈਂਸੀਜ਼ ਹੁੰਦੀਆਂ ਨੇ ਉਹ ਲੈ ਕੇ ਆਂਦਾ ਹੀ ਰਾਵਾਂਗਾ ਤੇ ਚਲੋ ਚੱਲਦੇ ਆਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਚੱਲ ਕੇ ਬਾਕ ਸਭ ਤੋਂ ਪਹਿਲੀ ਜਿਹੜੀ ਨੋਟੀਫਿਕੇਸ਼ਨ ਹੈਗਾ ਜੀ ਉਹ ਹੈਗਾ ਬਾਇਓਮੈਡੀਕਲ ਇਨਸਟਰੂਮੈਂਟ ਐਂਡ ਡਿਵਾਈਸ ਹਬ ਜਿਹੜਾ ਹੈ ਜੀ ਸੈਂਟਰ ਹੈ ਉਹਦੇ ਅੰਡਰ ਜਿਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਵੈਕੈਂਸੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਡਾਟਾ ਐਂਟਰੀ ਆਪਰੇਟਰ ਮਤਲਬ ਤੁਹਾਨੂੰ ਡਾਟਾ ਜਿਹੜਾ ਹੈ ਕੰਪਿਊਟਰ ਦੇ ਵਿੱਚ ਭਰਨਾ ਹੁੰਦਾ ਠੀਕ ਹੈ ਜੀ ਚਾਹੇ ਉਹ ਕਾਗਜ਼ੀ ਰੂਪ ਤੋਂ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਡਾਟਾ ਤੁਹਾਨੂੰ ਵਰਬਲੀ ਵੀ ਦੱਸਿਆ ਗਿਆ ਹੋਵੇ ਉਹ ਤੁਹਾਨੂੰ ਜਿਹੜਾ ਹੈ ਫੀਡ ਕਰਨਾ ਹੁੰਦਾ ਕੰਪਿਊਟਰ 'ਚ ਤੁਹਾਡਾ ਕੰਮ ਇਹਦੇ ਵਿੱਚ ਰਹੇਗਾ ਠੀਕ ਹੈ ਜੀ ਇਹ ਪ੍ਰੋਜੈਕਟ ਬੇਸਿਸ ਤੇ ਰਹਿੰਦਾ ਹੈ ਗੱਟ ਦੇ ਵੱਲੋਂ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਕੀਤਾ ਗਿਆ ਹੈ ਜਿੰਨੇ ਕੈਂਡੀਡੇਟਸ ਨੇ ਇੱਥੇ ਜਿਹੜਾ ਜੀ ਗ੍ਰੈਜੂਏਸ਼ਨ ਕੀਤੀ ਕਿਸੇ ਵੀ ਸਟਰੀਨ ਦੇ ਵਿੱਚ ਅਪਲਾਈ ਕਰ ਸਕਦੇ ਨੇ ਤੇ ਨਾਲ ਦੇ ਨਾਲ ਡਿਪਲੋਮਾ ਕੀਤਾ ਹੋਇਆ ਕੰਪਿਊਟਰ ਐਪਲੀਕੇਸ਼ਨ ਦਾ ਔਰ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਫਿਰ ਇੱਕ ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਕੰਪਿਊਟਰ ਦਾ MS ਆਫਿਸ ਸੌਫਟਵੇਅਰ ਦਾ MS ਵਰਡ ਐਕਸਲ ਪਾਵਰਪੁਆਇੰਟ ਦਾ ਤਾਂ ਅਪਲਾਈ ਕਰ ਸਕਦੇ ਹੋ ਤੁਹਾਡਾ ਜਿਹੜਾ ਕੰਮ ਕੀ ਰਹੇਗਾ ਤੁਹਾਨੂੰ ਡਾਟਾ ਜਿਹੜਾ ਕਲੈਕਟ ਕਰਕੇ ਮਤਲਬ ਕਲੈਕਟ ਅੰਦਰ ਸੇ ਡਿਪਾਰਟਮੈਂਟਸ ਦੇ ਵਿੱਚੋਂ ਤੁਹਾਨੂੰ ਸ਼ੀਟ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਦਾ ਮਤਲਬ ਡਾਟਾ ਜਿਹੜਾ ਹਾਰਡ ਕਾਪੀ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਉਹਨੂੰ ਤੁਸੀਂ ਸੌਫਟ ਕਾਪੀ ਜਿਹੜਾ ਕਨਵਰਟ ਕਰੋ ਮਤਲਬ ਫੀਡ ਕਰੋਗੇ ਠੀਕ ਹੈ ਜੀ ਐਕੂਰੇਟ ਰਿਕਾਰਡ ਜਿਹੜੇ ਨੇ ਤੁਹਾਨੂੰ ਪ੍ਰੋਜੈਕਟ ਦੇ ਉਹ ਤੁਹਾਨੂੰ ਰੱਖਣੇ ਪੈ ਦੇ ਉੱਪਰ ਆਨਲਾਈਨ ਫਾਰਮਸ ਦੇ ਉੱਪਰ ਠੀਕ ਹੈ ਜੀ ਰਿਕਾਰਡ ਤੁਹਾਨੂੰ ਅਕਾਊਂਟ ਤੇ ਰੱਖਣੇ ਪੈਣਗੇ 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਇਹਦੇ ਵਿੱਚ ਐਲੀਜੀਬਲ ਨੇ ਤੇ 23000 ਰੁਪਏ ਪਰ ਮੰਥ ਤੁਹਾਡੀ ਫਿਕਸ ਸੈਲਰੀ ਜਿਹੜੀ ਇਹ ਚ ਰਹੇਗੀ ਲਾਸਟ ਡੇਟ ਅਪਲਾਈ ਕਰਨ ਦੀ 12/2/2024 ਹੋਵੇਗੀ ਜੀ ਹੁਣ ਤੁਸੀਂ ਅਪਲਾਈ ਕਿੱਦਾਂ ਕਰਨਾ ਹੈ ਜੀ ਇਹ ਈਮੇਲ ਆਈਡੀ ਤੁਸੀਂ ਦੇਖ ਸਕਦੇ ਹੋ ਜਿਹੜੀ ਇੱਥੇ ਲਿਖੀ ਹੋਈ ਹੈ ਇਸ ਈਮੇਲ ਆਈਡੀ ਦੇ ਉੱਪਰ ਤੁਸੀਂ ਜਿਹੜਾ ਹੈ ਜੀ ਆਪਣਾ ਇੱਕ CV ਬਣਾ ਕੇ ਤੇ ਨਾਲ ਆਪਣੇ ਸਾਰੇ ਡਾਕੂਮੈਂਟਸ ਦੀ ਇੱਕ ਸਿੰਗਲ PDF ਬਣਾ ਲੈ ਜਿੰਨੇ ਵੀ ਤੁਹਾਡੇ ਡਾਕੂਮੈਂਟ ਚਾਹੀਏ ਉਹ ਪੰਜ ਡਾਕੂ ਉਹਨਾਂ ਨੂੰ ਇੱਕ PDF ਦੇ ਵਿੱਚ ਜਿਹੜਾ ਤੁਸੀਂ ਉਹ ਕਰ ਸਕਦੇ ਹੋ ਕਨਵਰਟ ਸੌਖਾ ਜਿਹਾ ਤਰੀਕਾ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਫੋਟੋ ਖਿੱਚ ਲਿਓ ਮੋਬਾਈਲ ਦੇ ਵਿੱਚ ਜਿਹੜੇ ਤੁਹਾਡੇ ਡਾਕੂਮੈਂਟਸ ਨੇ ਉਹਨਾਂ ਨੂੰ ਆਨਲਾਈਨ ਤੁਸੀਂ ਜਿਹੜਾ ਹੈ ਜੀ ਠੀਕ ਹੈ ਜੀ ਜਾ ਪੀ ਜੀ ਜੀ ਤੁਹਾਡਾ ਫਾਰਮੈਟ ਅਗਰ ਹੈਗਾ ਜਿਸ ਫਾਰਮੈਟ ਤੋਂ ਉਹਨੂੰ ਕਨਵਰਟ ਕਰ ਲਿਓ ਪੀ ਡੀ ਐਫ ਦੇ ਵਿੱਚ ਇੱਕ ਹੀ ਫਾਰਮੈਟ ਚ ਆ ਜਾਏਗਾ ਤੁਹਾਡਾ ਸਿੰਪਲ ਆਨਲਾਈਨ ਤੁਸੀਂ ਕਿਤੇ ਵੀ ਕਰ ਸਕਦੇ ਹੋ ਕੰਪਿਊਟਰ ਤੇ ਬੈਠ ਕੇ ਤੇ ਉਸ ਤੋਂ ਬਾਅਦ ਈਮੇਲ ਆਈ ਡੀ ਦਾ ਇੱਕ ਜਿਹੜਾ ਜੀ ਉਹ ਰੱਖਣਾ ਹੈ ਤੁਸੀਂ ਨਾਮ ਜੋ ਕਿ ਰਿਕਰੂਟਮੈਂਟ ਫੋਰ ਡੇਟਾ ਐਂਟਰੀ ਆਪਰੇਟਰ ਤੇ ਇਹਨਾਂ ਦੇ ਦਿੱਤੇ ਗਏ ਈਮੇਲ ਆਈ ਡੀ ਦੇ ਉੱਪਰ ਤੁਸੀਂ ਭੇਜ ਦੇਣਾ ਹੈ ਠੀਕ ਹੈ ਜੀ ਔਰ 5 ਐਮ ਬੀ ਤੋਂ ਵੱਧ ਤੁਹਾਡੀ ਫਾਈਲ ਹੋਣੀ ਨਹੀਂ ਚਾਹੀਦੀ ਕਿਉਂਕਿ ਈਮੇਲ ਆਈ ਡੀ ਤੇ ਸੈਂਡ ਨਹੀਂ ਹੋਵੇਗੀ ਉਹ ਚੀਜ਼ ਦਾ ਤੁਸੀਂ ਧਿਆਨ ਰੱਖ ਲਿਓ ਸੋ ਤੁਸੀਂ ਜਿਹੜਾ ਹੈ ਜੀ ਪਹਿ ਤੇ ਕਰੋਗੇ ਤੇ ਇਹਨਾਂ ਦਿੱਤੇ ਗਏ ਈਮੇਲ ਐਡਰੈਸ ਤੇ ਭੇਜ ਦੋਗੇ ਫਿਰ ਤੁਹਾਨੂੰ ਸ਼ਾਰਟਲਿਸਟਡ ਕੈਂਡੀਡੇਟ ਨੂੰ ਜਿਹੜਾ ਜੀ ਉਹ ਬੁਲਾਇਆ ਜਾਵੇਗਾ ਤੇ ਇਹ ਨੋਟੀਫਿਕੇਸ਼ਨ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਇਹ ਪਹਿਲਾ ਨੋਟੀਫਿਕੇਸ਼ਨ ਹੈ ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਸੋ ਸੈਕੰਡ ਜਿਹੜੀ ਹੈ ਜੀ ਪ੍ਰੋਜੈਕਟ ਨਰਸ ਦੀ ਜਿਹੜੀ ਹੈ ਵੈਕੈਂਸੀ ਹੈ ਜਿਹੜੀ ਕਿ ਆਊਟ ਕੀਤੀ ਗਈ ਹੈ ਜੀ ਇਸ ਦੇ ਵਿੱਚ ਇਹ ਵੀ ICMR ਦੇ ਵੱਲੋਂ ਹੀ ਨੋਟੀਫਿਕੇਸ਼ਨ ਹੈ ਜਿਹੜਾ ਕਿ ਪੀਜੀਆਈ ਚੰਡੀਗੜ੍ਹ ਦਾ ਹੀ ਹੈ ਇਸ ਦੇ ਵਿੱਚ 10 ਫਰਵਰੀ ਲਾਸਟ ਡੇਟ ਜਿਹੜੀ ਹੈ ਜੀ ਰਵੇਗੀ ਇਹਦੇ ਵਿੱਚ ਪ੍ਰੋਜੈਕਟ ਨਰਸ ਦੀ ਇੱਕ ਪੋਸਟ ਆਊਟ ਹੈ 12th ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਤੇ ਡਿਪਲੋਮਾ ਤੁਸੀਂ ਜੀਐਨਐਮ ਦਾ ਤੇ ਬੀਐਸਸੀ ਨਰਸਿੰਗ ਦਾ ਕੀਤਾ ਹੋਇਆ ਅਪਲਾਈ ਕਰ ਸਕਦੇ ਹੋ 33040 ਰੁਪਏ ਪਰ ਮੰਥ ਤੁਹਾਡੀ ਸੈਲਰੀ ਜਿਹੜੀ ਹੈ ਜੀ ਇਸ ਦੇ ਵਿੱਚ ਉਹ ਰਹਿਣ ਵਾਲੀ ਹੈ ਜੀ ਸੋ ਇਸ ਦੇ ਵਿੱਚ ਵੀ ਅਪਲਾਈ ਤੁਸੀਂ ਜਿਹੜਾ ਹੈ ਜੀ ਇਹ ਤੁਸੀਂ ਫਾਰਮੈ ਅਪਲੀਕੇਸ਼ਨ ਫਾਰਮ ਜਿਹੜਾ ਹੈ ਇਹਨੂੰ ਭਰਨਾ ਹੈ ਤੇ ਇਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਜਿਹੜਾ ਜੀ ਉਹ ਭੇਜਣਾ ਹੋਵੇਗਾ ਨਾਲ ਸਾਰੀਆਂ ਕਾਪੀਜ਼ ਲਗਾ ਕੇ ਸੋ ਇਸ ਦੇ ਵਿੱਚ ਸਾਰੀ ਡਿਟੇਲ ਜਿਹੜੀਆਂ ਨੇ ਇਹ ਤੁਹਾਨੂੰ ਇੱਥੇ ਮਿਲ ਜਾਣਗੀਆਂ ਇੱਥੇ ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਠੀਕ ਹੈ ਜੀ ਸੋ ਤੁਸੀਂ ਕਿਸੇ ਵਰਕਿੰਗ ਏਅਰ ਤੇ ਜਾ ਕੇ ਵੀ ਸਬਮਿਟ ਕਰਵਾ ਸਕਦੇ ਹੋ ਔਰ ਜਾਂ ਫਿਰ ਤੁਸੀਂ ਈਮੇਲ ਦੇ ਥਰੂ ਵੀ ਇਹਨਾਂ ਨੂੰ ਭੇਜ ਸਕਦੇ ਹੋ ਜਿਹੜੀ ਕਿ ਈਮੇਲ ਆਈਡੀ ਤੁਸੀਂ ਇਹ ਦੇਖ ਸਕਦੇ ਹੋ 10 ਫਰਵਰੀ ਤੱਕ ਮੈਂ ਇਹੀ ਕਵਾਂਗਾ ਈਮੇਲ ਆਈਡੀ ਤੋਂ ਭੇਜ ਦਿਓ ਜਾ ਕੇ ਸਬਮਿਟ ਕਰਨਾ ਥੋੜਾ ਜਿਹਾ ਔਖ ਪਰ ਦਿੱਤੇ ਗਏ ਡਰੈਸ ਤੇ ਈਮੇਲ ਐਡਰੈਸ ਤੇ ਭੇਜ ਦਿਓ ਠੀਕ ਹੈ ਜੀ ਔਰ ਇਸ ਦੇ ਵਿੱਚ ਚੀਜ਼ ਚੈੱਕ ਕਰ ਲੈਣਾ ਕਿ ਤੁਹਾਡੀ ਈਮੇਲ ਸੈਂਟ ਹੋ ਜੇ ਉਹ ਨਾ ਹੋਵੇ ਅਗਰ ਇਨ ਇਨ ਕੇਸ ਫੇਲ ਹੋ ਜਾਂਦੀ ਹੈ ਜਾਂ ਨਹੀਂ ਪਹੁੰਚਦੀ ਹੈ ਤਾਂ ਉਹਦੇ ਲਈ ਐਪਲੀਕੇਸ਼ਨ ਰੱਦ ਮੰਨੀ ਜਾਵੇਗੀ ਇਹ ਦੋ ਪੋਸਟਾਂ ਨੇ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਚ ਚੈੱਕ ਕਰਕੇ ਜ਼ਰੂਰ ਨਾਲ ਅਪਲਾਈ ਕਰ ਲੈਣਾ ਜੀ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਮਿਲਣਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ